ਬਾਈਸਾਈਕਲ ਪਾਰਟਸ ਬਣਾਉਂਦੇ ਸੀ ਤੇ ਹੁਣ ਨਾਲ ਬਣਾ ਰਹੇ ਹਾਂ ਤੇ ਨਾਲ ਅਸੀਂ ਸਾਈਕਲ ਕੰਪਲੀਟ ਬਾਈਸਾਈਕਲ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਸਾਡਾ ਇਹ ਬਿਜ਼ਨਸ 1932 ਦੇ ਵਿੱਚ ਸਾਡੇ ਗ੍ਰੈਂਡਫਾਦਰ ਨੇ ਸਟਾਰਟ ਕੀਤਾ ਸੀ ਹਮ 98 ਸੇ ਯੂਜ਼ ਕਰ ਰਹੇ ਹਾਂ ਟੈਲੀ ਕੋ ਆਪਣੇ ਬਿਜ਼ਨਸ ਕੇ ਲੀਏ ਹਮਾਰੇ ਬਾਕਸਿਸ ਕੀ ਰਿਕੁਆਇਰਮੈਂਟ ਜੋ ਬਾਈਸਾਈਕਲ ਇੰਡਸਟਰੀ ਕੇ ਅੰਦਰ ਹੈ ਵੋ ਵੀ ਹਮਾਰੀ ਹਿਊਜ ਰਿਕੁਆਇਰਮੈਂਟ ਰਹਿਤੀ ਹੈ ਤੋ ਉਸਕੇ ਲੀਏ ਹਮਨੇ ਫਿਰ ਇੱਕ ਬਾਕਸ ਫੈਕਟਰੀ ਵੀ ਹਮਨੇ ਖਰੀਦ ਕੇ ਹਮਨੇ ਆਪਣੇ ਅੰਦਰ ਹੀ ਸਾਰਾ ਕੰਮ ਸ਼ੁਰੂ ਕਰ ਦਿਆ ਬੀ ਵੀ ਐਕਸਲਸ ਹਮਾਰਾ ਆਟੋਮੈਟਿਕ ਪਲਾਂਟ ਹੈ ਜੀ ਉਸਕੇ ਅੰਦਰ 32 ਪੀਸਿਸ ਪਰ 1 ਮਿੰਟ ਮੇ ਪ੍ਰੋਡਕਸ਼ਨ ਬੈਲੈਂਸ ਸ਼ੀਟ ਆਟੋਮੈਟਿਕਲੀ ਬੈਲੈਂਸ ਸ਼ੀਟ ਬਣ ਜਾਂਦੀ ਹੈ ਟੈਲ ਬੈਲੈਂਸ ਆਟੋਮੈਟਿਕਲੀ ਮੇਨਟੇਨ ਹੋ ਜਾਂਦਾ ਹੈ ਪ੍ਰੋਫਿਟ ਐਂਡ ਲੋਸ ਅਕਾਊਂਟ ਜੋ ਹੈ ਆਟੋਮੈਟਿਕਲੀ ਮੇਨਟੇਨ ਹੋਤਾ ਹੈ ਤੋ ਇਸਮੇ ਕਿਆ ਹੈ ਹਮਾਰੇ ਕੋ ਕੁਛ ਜ਼ਿਆਦਾ ਐਕਸਟਰਾ ਕੁਛ ਕੰਮ ਕਰਨ ਕੀ ਜ਼ਰੂਰਤ ਨਹੀਂ ਪੜਤੀ ਤੋ ਹਮਾਰੇ ਕਿਆ ਜੈਸੇ ਹਮਨੇ ਸੇਲ ਪਰਚੇਜ ਕੀ ਐਂਟਰੀ ਡਾਲਨੀ ਹੈ ਖਰਚੇ ਕੀ ਡਾਲਨੀ ਹੈ ਹਮਾਰੇ ਇਨਕਮ ਕੀ ਡਾਲਨੀ ਹੈ ਤੋ ਹਮ ਡਾਲਤੇ ਜਾਏਂਗੇ ਆਟੋਮੈਟਿਕਲੀ ਹਮਾਰਾ ਜੋ ਹੈ ਬੈਲੈਂਸ ਸ਼ੀਟ ਜੋ ਆਟੋਮੈਟਿਕਲੀ ਰੈਡੀ ਹੋ ਜਾਂਦੀ ਹੈ ਆਟੋਮੈਟਿਕਲੀ ਹਮਾਰੀ ਬੈਲੈਂਸ ਸ਼ੀਟ ਇਸਮੇ ਬਣ ਜਾਂਦੀ ਹੈ ਤੋ ਹਮਾਰਾ ਕਿਆ ਬਹੁਤ ਕੰਮ ਜੋ ਈਜ਼ੀ ਹੋ ਗਿਆ ਇਸਮੇ ਤੋ ਹਮ ਕਿਆ ਹੈ ਹਮਾਰਾ ਜੋ ਅਕਾਊਂਟਸ ਕਾ ਜੋ ਹੈ ਤੋ ਹਮ ਅਭੀ ਬਹੁਤ ਮਤਲਬ ਸੈਟਿਸਫੈਕਟਰੀ ਕੰਮ ਕਰ ਰਹੇ ਹੈ ਟੈਲੀ ਤੋ ਹਮਾਰੇ ਕੋਈ ਕੋਈ ਦਿੱਕਤ ਨਹੀਂ ਅਭੀ ਸਭੀ ਰਿਪੋਰਟਿੰਗ ਹਮਾਰੇ ਮਿਲ ਜਾਤੀ ਹੈ ਬੈਲੈਂਸ ਸ਼ੀਟ ਪ੍ਰੋਫਿਟ ਐਂਡ ਲੋਸ ਅਕਾਊਂਟ ਟ੍ਰਾਇਲ ਬੈਲੈਂਸ ਤੋ ਹਮ ਸਿਰਫ ਸਿੰਗਲ ਐਂਟਰੀ ਡਾਲਤੇ ਹੈ ਪੂਰਾ ਪੂਰਾ ਆਪਣਾ ਹਮਾਰਾ ਰਿਪੋਰਟਿੰਗ ਮਿਲ ਜਾਤੀ ਹੈ ਹਮਾਰੇ ਤੋ ਹਮਾਰਾ ਬਹੁਤ ਬੜੀਆ ਚੱਲ ਰਿਹਾ ਹੈ